ਜਹਾਂ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਪ੍ਰੀਤਮ ਫਿਟ ਆਰਮੀ ਅਕੈਡਮੀ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕੱਲ ਫੋਰੈਸਟ ਗਾਰਡ ਦਾ ਜਿਹੜਾ ਰਿਜ਼ਲਟ ਆ ਉਹ ਆਊਟ ਹੋ ਚੁੱਕਿਆ ਹੈ ਤੇ ਮੈਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਕੋ ਜੋ ਬੱਚੇ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਸੀਗੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਨੇ ਇਸ ਦੇ ਵਿੱਚ ਸਿਲੈਕਟ ਹੈ ਜਿਹੜੇ ਹੋਏ ਨੇ ਫਿਜ਼ੀਕਲ ਟ్రਾਇਲ ਦੇ ਲਈ ਤੇ ਇੱਕ ਮੇਰੇ ਬੱਚੇ ਦਾ 13ਵਾਂ ਰੈਂਕ ਆਇਆ ਹੈ ਪੰਜਾਬ ਦੇ ਵਿੱਚੋਂ ਤੇ ਦੋਸਤੋ ਇਸ ਦੇ ਵਿੱਚ ਅੱਜ ਦੀ ਵੀਡੀਓ ਦਾ ਆਪਣਾ ਮਕਸਦ ਇਹ ਹੈ ਤੁਹਾਨੂੰ ਦੱਸਣਾ ਕਿ ਇਸ ਦੇ ਵਿੱਚ ਫਿਜ਼ੀਕਲ ਟ్రਾਇਲ ਕੀ ਹੈ ਹੈਨਾ ਤੇ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਤੇ ਉਸ ਤੋਂ ਬਾਅਦ ਤੁਹਾਡਾ ਕਦੋਂ ਤੱਕ ਫਿਜ਼ੀਕਲ ਹੋ ਸਕਦਾ ਹੈ ਤੇ ਕੀ ਕੀ ਇਸ ਦੇ ਵਿੱਚ ਹੋਣਾ ਹੈ ਜਾਂ ਕੀ ਗੱਲਬਾਤ ਹੈ ਤੁਹਾਨੂੰ ਸਾਰਾ ਇਸ ਵੀਡੀਓ ਵਿੱਚ ਦੱਸਾਂਗੇ ਤੇ ਇਹ ਵੀਡੀਓ ਨੂੰ ਦੋਸਤੋ ਲਾਸਟ ਤੱਕ ਜਰੂਰ ਦੇਖਿਓ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਮੇਕ ਸ਼ੋਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਨੋਟੀਫਿਕੇਸ਼ਨ ਜਰੂਰ ਦਵਾ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਕੋਈ ਵੀ ਇਨਫੋਰਮੇਸ਼ਨ ਫਿਜ਼ੀਕਲ ਦੇ ਰਿਕਾਰਡਿੰਗ ਜਾ ਪੰਜਾਬ ਪੁਲ ਦੇ ਰਿਗਾਰਡਿੰਗ ਤੁਹਾਨੂੰ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਮਿਲ ਸਕੇ ਤਾਂ ਦੋਸਤੋ ਬਿਨਾ ਸਮੇਂ ਗੁਆਏ ਵੀਡੀਓ ਕਰਦੇ ਸ਼ੁਰੂ ਤੁਸੀਂ ਸਾਰਿਆਂ ਨੇ ਰਿਜ਼ਲਟ ਤਾਂ ਦੇਖ ਹੀ ਲਿਆ ਹੋਣਾ ਜੇ ਤੁਸੀਂ ਰਿਜ਼ਲਟ ਹਾਲੇ ਤੱਕ ਤੁਹਾਨੂੰ ਨਹੀਂ ਪਤਾ ਹੈਗਾ ਪੰਜਾਬ ਫੋਰੈਸਟ ਗਾਰਡ ਦਾ ਤਾਂ ਤੁਸੀਂ ਮੈਨੂੰ ਨੀਚੇ ਕਮੈਂਟ ਕਰ ਸਕਦੇ ਹੋ ਠੀਕ ਹੈ ਮੇਰਾ ਵਟਸਐਪ ਨੰਬਰ ਹੈ ਮੈਂ ਤੁਹਾਨੂੰ ਪੀਡੀਐਫ ਹੈ ਜਿਹੜਾ ਪੀਡੀਐਫ ਹੈ ਜਿਹੜਾ ਸੈਂਡ ਕਰ ਦਾਂਗਾ ਤੁਸੀਂ ਉਸ ਤੋਂ ਆਪਣਾ ਫਿਜ਼ੀਕਲ ਫਿਜ਼ੀਕਲ ਦੇ ਲਈ ਤੁਸੀਂ ਐਲੀਜੀਬਲ ਹੋ ਜਾਂ ਨਹੀਂ ਇਸ ਦੇ ਲਈ ਤੁਸੀਂ ਆਪਣਾ ਚੈੱਕ ਆਊਟ ਕਰ ਸਕਦੇ ਹੋ ਤਾਂ ਦੋਸਤੋ ਹੁਣ ਗੱਲ ਕਰਦੇ ਆ ਫਿਜ਼ੀਕਲ ਫਿਜ਼ੀਕਲ ਟੈਸਟ ਦੇ ਵਿੱਚ ਇਸ ਦੇ ਵਿੱਚ ਕੀ ਕੀ ਮੰਗਿਆ ਗਿਆ ਜਿਹੜੇ ਬੱਚਿਆਂ ਦਾ ਲਿਸਟ ਵਿੱਚ ਨਾਮ ਆਇਆ ਤੇ ਉਹਨਾਂ ਦੇ ਲਈ ਕੀ ਕੀ ਇਸ ਦੇ ਵਿੱਚ ਫਿਜ਼ੀਕਲ ਟੈਸਟ ਹੈ ਫਸਟ ਆਫ ਆਲ ਬॉयਜ਼ ਦੀ ਗੱਲ ਕਰਦੇ ਆ ਮੁੰਡਿਆਂ ਦਾ ਹੈ ਜੀ 13 ਕਿਲੋਮੀਟਰ ਵਾਕ 1 ਘੰਟਾ 30 ਮਿੰਟ ਦੇ ਵਿੱਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੁੜੀਆਂ ਦੀ ਕੁੜੀਆਂ ਦੀ ਵਾਕ ਕੁੜੀਆਂ ਨੇ ਕਰਨਾ ਹੈ 8 ਕਿਲੋਮੀਟਰ ਦੀ ਦੌੜ ਤੇ 1 ਘੰਟਾ 30 ਮਿੰਟ ਇਸ ਦੇ ਵਿੱਚ ਵਾਕ ਲਿਖਿਆ ਹੁੰਦਾ ਦੌੜ ਲਿਖਿਆ ਹੁੰਦਾ ਹਨਾ ਕੁਝ ਵੀ ਐਵੇਂ ਦਾ ਲਿਖਿਆ ਹੁੰਦਾ ਹੈ ਤਾਂ ਤੁਸੀਂ ਉੱਥੋਂ ਕੀ ਅੰਦਾਜ਼ਾ ਲਗਾਉਣਾ ਕਿ ਇਸ ਦੇ ਵਿੱਚ ਤੁਸੀਂ ਨੇ ਮੋਸਟਲੀ ਬੱਚਿਆਂ ਦਾ ਕੁਐਸਚਨ ਆਊਗਾ ਕਿ ਸਰ ਅਸੀਂ ਦੌੜ ਕੇ ਕਰਨਾ ਕੰਪਲੀਟ ਜਾਂ ਵਾਕ ਕਰਕੇ ਕਰਨਾ ਜਾਂ ਕਿਵੇਂ ਹਨਾ ਤਾਂ ਪਹਿਲੀ ਗੱਲ ਬੱਚਿਓ ਤੁਹਾਨੂੰ ਦੱਸਣਾ ਹੈ ਉਹ ਨਾ ਜਿਹੜੇ ਵੀ ਬੱਚੇ ਮੋਸਟਲੀ ਸਟੱਡੀ ਵਾਲੇ ਹੁੰਦੇ ਨੇ ਉਹ ਫਿਜ਼ੀਕਲ ਦੇ ਵਿੱਚ ਬਹੁਤ ਘੱਟ ਜਾਂ ਹੁੰਦੇ ਨੇ ਸਿਕਾ ਕਿਉਂਕਿ ਮੈਨੂੰ ਵੀ ਪਤਾ ਹੁਣ 6-8 9-9 ਘੰਟੇ ਤੂੰ ਨੂੰ ਫਿਜ਼ੀਕਲ ਸੌਰੀ ਆਪਣਾ ਸਟੱਡੀ ਦੇ ਲਈ ਟਾਈਮ ਦੇਣਾ ਪੈਂਦਾ ਹੈ ਤਾਂ ਉਸ ਤੋਂ ਬਾਅਦ ਬੱਚਾ ਗਰਾਊਂਡ ਤੋਂ ਮੂੰਹ ਮੋੜ ਲੈਂਦਾ ਹੈ ਤਾਂ ਉਹ ਕਹਿੰਦਾ ਹੈ ਪਹਿਲਾਂ ਮੇਰਾ ਐਗਜ਼ਾਮ ਕਲੀਅਰ ਹੋਵੇ ਉਸ ਤੋਂ ਬਾਅਦ ਹੀ ਮੈਂ ਫਿਜ਼ੀਕਲ ਦੀ ਸੋਚਾਂਗਾ ਤਾਂ ਉਹਨਾਂ ਬੱਚਿਆਂ ਲਈ ਇਹ ਚੀਜ਼ ਇਹ ਟਾਸਕ ਹੈ ਜਿਹੜਾ ਕਾਫੀ ਡਿਫਿਕਲਟ ਹੋਣ ਵਾਲਾ ਹੈ ਹੁਣ ਕਿਉਂਕਿ ਜਿਹੜੇ ਜੇ ਤੁਸੀਂ ਜ਼ੀਰੋ ਲੈਵਲ ਤੋਂ ਸਟਾਰਟਿੰਗ ਹੈ ਤਾਂ ਉਹ ਬੱਚਿਆਂ ਨੇ ਜੇ ਹੁਣ ਤੋਂ ਹੀ ਤਿਆਰੀ ਉਹ ਸਟਾਰਟ ਕਰਨਗੇ ਤਾਂ ਕਿਤੇ ਜਾ ਕੇ ਜੋ ਤੱਕ ਫਿਜ਼ੀਕਲ ਹਿਥ ਡਾਟ ਆਣੀ ਹੈ ਉਹ ਤੱਕ ਉਹ ਪ੍ਰਪੇਅਰ ਆ ਜਿਹੜਾ ਹੋ ਸਕਦੇ ਨੇ ਤੁਸੀਂ ਇਹ ਨਾ ਸੋਚੋ ਵੀ 13 ਕਿਲੋਮੀਟਰ 8 ਕਿਲੋਮੀਟਰ ਨਾ ਕੁਝ ਵੱਡੀ ਗੱਲ ਨਹੀਂ ਆ ਇਹ ਬਸ ਇਹਦੇ ਵਿੱਚ ਤੁਹਾਨੂੰ ਜੋ ਮੇਨ ਚੀਜ਼ ਆ ਉਹ ਚੀਜ਼ ਚਾਹੀਦੀ ਆ ਸਟੈਮਿਨਾ ਇਹਨੂੰ ਪਾਸ ਕਰਨ ਦੇ ਲਈ ਠੀਕ ਹੈ ਦੋਸਤੋ 13 ਕਿਲੋਮੀਟਰ ਤੇ 8 ਕਿਲੋਮੀਟਰ ਠੀਕ ਹੈ ਬਟ ਵਿਦ ਇਨ ਟਾਈਮਿੰਗ ਬੱਚੇ ਕਹਿ ਰਹੇ ਸਾਰੇ ਦੌੜ ਕੇ ਕਰੀਏ ਜਾਂ ਫਿਰ ਕਰੀਏ ਅਸੀਂ ਵਾਕ ਕਰਕੇ ਤਾਂ ਇਸ ਦੇ ਵਿੱਚ ਮੇਨ ਚੀਜ਼ ਇਹ ਆ ਕਿ ਤੁਸੀਂ ਨੇ ਜੋ ਟਾਈਮ ਦਿੱਤਾ ਗਿਆ ਹੈ ਉਸ ਟਾਈਮ ਟ੍ਰਾਇਵਲ ਦੇ ਵਿੱਚ ਹੀ ਤੁਸੀਂ ਨੇ ਇਹ ਕੰਪਲੀਟ ਕਰਨੀ ਹੈ ਹੈ ਨੋ ਡਾਊਟ ਤੁਸੀਂ ਵਾਕ ਕਰਕੇ ਕਰ ਲਓ ਨਹੀਂ ਤਾਂ ਫਿਰ ਕੀ ਆ 8 ਕਿਲੋਮੀਟਰ ਤੁਸੀਂ ਦੌੜ ਕੇ ਕਰ ਲਓ ਠੀਕ ਹੈ ਸਲੋ ਰਨਿੰਗ ਕਰ ਸਕਦੇ ਹੋ ਤੁਸੀਂ ਤੇ ਇਸ ਦੇ ਲਈ ਦੋਸਤੋ ਮੇਰੀ ਅਕੈਡਮੀ ਦੇ ਵਿੱਚ ਬੈਚਸ ਆ ਜਿਹੜੇ ਫੋਰਸ ਗਾਰਡ ਦੇ ਫਿਜ਼ੀਕਲ ਦੇ ਲਈ ਮੇਰੀ ਅਕੈਡਮੀ ਦੇ ਵਿੱਚ ਬੈਚਸ ਆ ਸਟਾਰਟ ਹੋ ਚੁੱਕੇ ਨੇ ਕੁੜੀਆਂ ਤੇ ਮੁੰਡਿਆਂ ਦੇ ਲਈ ਤੇ ਤੁਸੀਂ ਆਲਰੇਡੀ ਮੇਰੇ ਚੰਨੂ ਦੇਖ ਰਹੇ ਹੋ ਸਪੋਰਟ ਕਰ ਰਹੇ ਹੋ ਤੇ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਪੁਲਿਸ ਦੇ ਲਈ ਪ੍ਰੀਤਮ ਫੇਟ ਆਰਮੀ ਦਾ ਕਿੰਨਾ ਵੱਡਾ ਯੋਗਦਾਨ ਰਿਹਾ ਤੇ ਆਪਾਂ ਤੁਹਾਨੂੰ ਹਰ ਇੱਕ ਇਨਫੋਰਮੇਸ਼ਨ ਆ ਜਿਹੜੇ ਸਮੇਂ ਤੇ ਪ੍ਰੋਵਾਈਡ ਕਰਵਾਈ ਹੈ ਫਿਜ਼ੀਕਲ ਦੇ ਰਿਗਾਰਡਿੰਗ ਕਿਸੇ ਵੀ ਚੀਜ਼ ਦਾ ਫਿਜ਼ੀਕਲ ਹੋਵੇ ਤੇ ਉਹ ਆਪਾਂ ਸਟਾਰਟ ਕਰਵਾਇਆ ਤੇ ਦੋਸਤੋ ਦੂਸਰਾ ਇੱਕ ਬੈਚ ਸਟਾਰਟ ਹੋਇਆ ਹੈ ਆਪਣੇ ਸੀਪੀਓ ਦਾ ਠੀਕ ਹੈ ਦਿੱਲੀ ਪੁਲਿਸ ਦੇ ਲਈ ਸੀਪੀਓ ਬੈਚ ਹੈ ਜਿਹੜਾ ਉਹ ਸਟਾਰਟ ਹੋਇਆ ਜੇ ਤੁਹਾਡਾ ਵੀ ਫਿਜ਼ੀਕਲ ਦੇ ਲਈ ਨਾਮ ਆਇਆ ਹੈ 엘ਿਜੀਬਲ ਹੋ ਤੁਸੀਂ ਫੋਰੈਸਟ ਗਾਰਡ ਦੇ ਲਈ ਚਾਹੇ ਸੀਪੀਓ ਦੇ ਲਈ ਤਾਂ ਤੁਸੀਂ ਮੇਰੀ ਅਕੈਡਮੀ ਹੈ ਜਿਹੜੀ ਜੁਆਇਨ ਕਰ ਸਕਦੇ ਹੋ ਹਾਂ ਦੋਸਤੋ ਇਹ ਅਕੈਡਮੀ ਹੈ ਜਿਹੜੀ ਇਹ ਖੰਨੇ ਦੇ ਵਿੱਚ ਹੈ ਠੀਕ ਹੈ ਤੇ ਕੁੜੀਆਂ ਦੇ ਮੁੰਡਿਆਂ ਦੇ ਲਈ ਹੋਸਟਲ ਦੀ ਫੁੱਲੀ ਫੈਸਿਲਿਟੀ ਹੈ ਤੁਸੀਂ ਕਿਸੇ ਵੀ ਟਾਈਮ ਮੈਨੂੰ ਕਾਲ ਕਰ ਸਕਦੇ ਹੋ ਠੀਕ ਹੈ ਅਕੈਡਮੀ ਜੁਆਇਨ ਕਰ ਸਕਦੇ ਹੋ ਨੰਬਰ ਹੈ 8847478213 ਠੀਕ ਹੈ ਦੋਸਤੋ ਤੇ ਮਿਲਦੇ ਹਾਂ ਦੋਸਤੋ ਨੈਕਸਟ ਵੀਡੀਓ ਚ ਨੈਕਸਟ ਜਰਨ ਕਰਨਾ ਤਦ ਤੱਕ ਲਈ ਜੈ ਹਿੰਦ ਜੇ ਤੁਹਾਡਾ ਹੋਰ ਕੋਈ ਕੁਐਸਚਨ ਜਾਂ ਕੋਈ ਕੋਈ ਕਵਰੀ ਹੋਵੇ ਤਾਂ ਤੁਸੀਂ ਮੈਨੂੰ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ